ਵੀ ਲਿਆ ਤਾਂ ਮਿਲਦਾ ਸਭ ਕੁਛ ਉੱਥੋਂ ਵੀ ਜਾਂਦਾ ਪਰ ਲਾਹੌਰ ਲਾਹੌਰ ਹੀ ਆ। ਹਾਂ, ਅਸੀਂ ਪੂਰੀ ਪਾਕਿਸਤਾਨੀ ਕੌਮ ਅਤੇ ਇਮਰਾਨ ਖਾਨ ਸਾਹਿਬ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ। ਭਰਾ ਜੀ ਮਿਲੇ ਉਹਨਾਂ ਨਾਲ ਅਸੀਂ ਹੱਥ ਮਿਲਾਇਆ, ਸਾਡੇ ਕੋਲ ਆਏ ਹੱਥ ਮਿਲਾਇਆ, ਕਹਿੰਦਾ ਨਹੀਂ ਹੱਥ ਨਹੀਂ ਯਾਰ, ਜੱਫੀ ਪਾਉਣੀ ਆ। ਜਾਚ ਮਰਨ ਦੀ ਜਿਸ ਨੂੰ ਹੋਵੇ ਹੱਕ ਕੌਮ ਉਹ ਲੈ ਲੈਂਦੀ ਆ, ਜਿਸ ਦਿਨ ਨਿਸ਼ਚਾ ਕਰਕੇ ਤੁਰ ਪਏ ਖੁੱਸੇ ਤਖਤ ਫਿਰ ਖੋ ਲੈਂਦੀ ਆ। ਉਹ ਕਿਹੜਾ ਅਬਾਨੀ ਅਤੇ ਕਿਹੜਾ ਅਡਾਨੀ ਪੈਰ ਜ਼ਮੀਨ ਸਾਡੀ ਧਰ ਨਹੀਂ ਸਕਦਾ, ਅਣਖ ਦੀ ਖਾਤਰ ਮਰ ਜਾਵੇਗਾ, ਇਸ ਧਰਤ ਦੀ ਖਾਤਰ ਮਰ ਜਾਵੇਗਾ, ਖੜ੍ਹੇ ਹੱਥ ਪੰਜਾਬੀ ਕਰ ਨਹੀਂ ਸਕਦਾ। ਜਿਹੜਾ ਅੱਜ ਕੱਲ੍ਹ ਦਾ ਮੀਡੀਆ ਹੈ ਉਹ ਕੋਈ ਤਸਵੀਰ ਜਿਹੜੀ ਆ ਪਾਕਿਸਤਾਨ ਦੀ ਹੋਰ ਢੰਗ ਦੀ ਪੇਸ਼ ਕਰਦਾ। ਮੈਂ ਹੈਗਾ ਪਿੱਛੋਂ ਚੰਡੀਗੜ੍ਹ ਸ਼ਹਿਰ ਤੋਂ, ਅਤੇ ਉੱਥੇ ਮੈਂ ਜੋ ਵੇਖਿਆ ਜੋ ਚੀਜ਼ ਸਾਨੂੰ ਮਿਲਦੀ ਹੈ ਉਹ ਫੈਸ਼ਨ ਦੇ ਦੌਰ 'ਚ ਗਰੰਟੀ ਦੀ ਉਮੀਦ ਨਾ ਰੱਖੋ ਵਾਲੀ ਗੱਲ ਹੈ ਉੱਥੇ, ਅਤੇ ਇੱਥੇ ਉਮਦਾ ਚੀਜ਼ ਮਿਲੀ ਸਾਨੂੰ। ਬਸ ਇਹ ਕਿ ਸਾਨੂੰ ਪਿਆਰ ਮੁਹੱਬਤ ਥੋੜ੍ਹਾ ਜ਼ਿਆਦਾ ਮਿਲ ਰਿਹਾ ਇੱਥੇ। ਅੱਛਾ, ਕੁਛ ਕਰਦੇ ਹਾਂ ਤਾਂ ਸਾਡਾ ਇੱਥੋਂ ਜਾਣ ਨੂੰ ਜਿਹੜਾ ਦਿਲ ਨਹੀਂ ਕਰਦਾ, ਅਤੇ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਵਰਗੇ ਵੀਰਾਂ ਨਾਲ ਮਿਲ ਕੇ। ਅਤੇ ਮੈਂ ਮੌਜੂਦ ਹਾਂ ਲਾਹੌਰ ਟਕਸਾਲੀ ਬਾਜ਼ਾਰ ਦੇ ਵਿੱਚ, ਔਰ ਸਾਡੇ ਨਾਲ ਮੌਜੂਦ ਨੇ ਇੰਡੀਆ ਤੋਂ ਆਏ ਹੋਏ ਕੁਛ ਸਰਦਾਰ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਲਾਹੌਰ ਫਿਰ ਰਹੇ ਨੇ, ਔਰ ਇਹਨਾਂ ਨੂੰ ਦੇਖਿਆ ਕਿ ਕੋਈ ਇਹਨਾਂ ਦੇ ਹੱਥਾਂ 'ਚ ਬੈਗ ਵੀ ਨੇ, ਅਤੇ ਇਹਨਾਂ ਨੇ ਕੋਈ ਖਰੀਦਦਾਰੀ ਕੀਤੀ ਹੈ, ਅਤੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਨੀ। ਸਤਿ ਸ਼੍ਰੀ ਅਕਾਲ ਪਹਿਲੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਲਾਹੌਰ ਘੁੰਮ ਫਿਰ ਰਹੇ ਹੋ, ਕਿੰਨੇ ਦਿਨ ਹੋ ਗਏ ਨੇ ਤੁਸੀਂ ਇੱਥੇ ਪਾਕਿਸਤਾਨ ਆਏ ਹੋ? ਅੱਜ ਸਾਨੂੰ ਪਾਕਿਸਤਾਨ ਆਇਆ ਨੂੰ ਤਾਂ ਮਾਸ਼ਾਅੱਲਾ ਹੋ ਗਏ ਨੇ 10 ਕੁ ਦਿਨ ਹੋ ਗਏ ਨੇ। ਠੀਕ ਹੈ, ਕੱਲ੍ਹ ਸਾਡੀ ਰਵਾਨਗੀ ਆ। ਠੀਕ ਹੈ ਜੀ, ਅਤੇ ਲਾਹੌਰ ਨੂੰ ਸਾਡੀ ਅੱਜ ਤੀਸਰਾ ਦਿਨ ਹੈਗਾ ਲਾਹੌਰ। ਠੀਕ ਹੈ, ਅਤੇ ਕਿੱਦਾਂ ਲੱਗਾ ਲਾਹੌਰ ਅਤੇ ਬਾਕੀ ਜਿੱਥੇ ਜਿੱਥੇ ਗਏ ਜਾਂ ਪਿੱਛੇ ਜਿਹੜੇ ਤੁਹਾਡੇ ਸ਼ਹਿਰ ਨੇ, ਕੀ ਡਿਫਰੈਂਸ ਹੈ ਲਾਹੌਰ ਦਾ ਔਰ ਬਾਕੀ ਸ਼ਹਿਰਾਂ ਦਾ? ਡਿਫਰੈਂਸ ਦੀ ਗੱਲ ਕਰਾਂ ਤਾਂ ਮੈਨੂੰ ਡਿਫਰੈਂਸ ਤਾਂ ਕੋਈ ਉੱਕਾ ਲੱਗਾ ਹੀ ਨਹੀਂ। ਠੀਕ ਹੈ, ਆਪਣੇ ਘਰਾਂ ਆਪਣੇ ਪਿੰਡਾਂ ਆਪਣੇ ਉੱਥੇ ਵਿਚਰ ਰਹੇ ਸਾਨੂੰ ਤਾਂ ਇਹੀ ਲੱਗਣ ਡਿਆ। ਠੀਕ ਹੈ ਠੀਕ ਹੈ, ਬਸ ਇਹ ਕਿ ਸਾਨੂੰ ਪਿਆਰ ਮੁਹੱਬਤ ਥੋੜ੍ਹਾ ਜ਼ਿਆਦਾ ਮਿਲ ਰਿਹਾ ਇੱਥੇ। ਅੱਛਾ ਜੀ, ਤੁਸੀਂ ਪੂਰੀ ਫੀਲਿੰਗ ਚੱਕਦੇ ਪਏ ਹੋ, ਇਹ ਸਾਰਾ ਕੁਛ ਮੈਂ ਸਮਝਣਾ ਤੁਹਾਡੀ ਦਸਤਾਰ ਕਰਕੇ, ਦਸਤਾਰ ਹੀ ਕਹਿੰਦੇ ਆ ਨਾ? ਹਾਂਜੀ, ਇਹਦੇ ਕਰਕੇ ਸਾਰੇ ਲੋਕ ਸਨਮਾਨ ਕਰਦੇ ਨੇ ਤੁਹਾਡਾ। ਬਿਲਕੁਲ ਜੀ, ਇਹ ਗੁਰੂ ਦੀ ਦਿੱਤੀ ਹੋਈ ਦਾਤ ਹੈ ਜੀ। ਠੀਕ ਹੈ ਜੀ, ਅਤੇ ਸ਼ੁਕਰ ਹੈ। ਬਿਲਕੁਲ ਇੱਦਾਂ ਹੀ ਹੈ। ਅਤੇ ਕੀ ਖਰੀਦਦਾਰੀ ਕੀਤੀ ਹੈ, ਕੀ ਖਰੀਦਿਆ, ਜੇ ਕੋਈ ਬਾਅਦ 'ਚੋਂ ਪਤਾ ਲੱਗੇ ਕੋਈ ਬੰਦਾ ਰਹਿ ਗਿਆ ਤਾਂ? ਲਾਹੌਰ ਦੀ ਕੋਈ ਸ਼ੈ ਮਤਲਬ ਜਿਹੜੀ ਸਾਨੂੰ ਦੱਸੀ ਜਾਵੇ ਕਿ ਇਹ ਹੈਗੀ ਅੱਛੀ ਵਧੀਆ ਮਸ਼ਹੂਰ, ਅਤੇ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਲਈ ਜਾਵੇ। ਅੱਛਾ ਅੱਛਾ, ਕੀ ਖਰੀਦ ਚੁੱਕੇ ਹੁਣ ਤੱਕ? ਜੁੱਤੀਆਂ ਆਪਾਂ ਖੁੱਸੇ ਵੇਖੇ ਨੇ ਜੀ, ਪੰਜਾਬੀ ਇੱਥੋਂ ਵਧੀਆ ਮਿਲਦੇ ਨੇ ਆਉਣ ਦੇ। ਠੀਕ ਹੈ, ਅਤੇ ਹੁਣ ਅਸੀਂ ਹੁਣੇ ਹੋ ਕੇ ਆਏ ਹਾਂ ਪਿੱਛੋਂ, ਕਸ਼ਮੀਰੀ ਗੇਟ ਬੱਚਿਆਂ ਦੇ ਕੋਈ ਲਹਿੰਗੇ ਅੱਛੇ ਦੇਖੇ ਨੇ ਉਹ ਲਿੱਤੇ ਆਏ ਨੇ। ਠੀਕ ਹੈ, ਅਤੇ ਹੋਰ ਮਤਲਬ ਆਪਣੇ ਜੁੱਧਾਂ ਦਾ ਜ਼ਰੂਰਤ ਬਾਸਕਟਾਂ ਵੇਖੀਆਂ ਨੇ, ਬਹੁਤ ਸੋਹਣੀਆਂ ਮਿਲਦੀਆਂ ਨੇ। ਕੁਆਲਿਟੀ 'ਚ ਕੋਈ ਡਿਫਰੈਂਸ, ਕਿਉਂਕਿ ਖਰੀਦਦਾਰੀ ਅਗਰ ਤੁਸੀਂ ਕਰਦੇ ਹੋ ਤਾਂ ਕੀ ਕੋਈ ਫਰਕ ਮਹਿਸੂਸ ਹੋਇਆ? ਵੇਖੋ ਜੀ, ਮੈਂ ਹੈਗਾ ਪਿੱਛੋਂ ਚੰਡੀਗੜ੍ਹ ਸ਼ਹਿਰ ਤੋਂ, ਠੀਕ ਹੈ, ਅਤੇ ਉੱਥੇ ਮੈਂ ਜੋ ਵੇਖਿਆ ਜੋ ਚੀਜ਼ ਸਾਨੂੰ ਮਿਲਦੀ ਹੈ ਉਹ ਫੈਸ਼ਨ ਦੇ ਦੌਰ 'ਚ ਗਰੰਟੀ ਦੀ ਉਮੀਦ ਨਾ ਰੱਖੋ ਵਾਲੀ ਗੱਲ ਹੈ ਉੱਥੇ, ਅਤੇ ਇੱਥੇ ਉਮਦਾ ਚੀਜ਼ ਮਿਲੀ ਸਾਨੂੰ, ਘੱਟ ਪੈਸੇ 'ਚ ਉਮਦਾ ਚੀਜ਼ ਮਿਲੀ ਹੈ ਜੋ ਮੈਨੂੰ। ਉਹ ਸਗੋਂ ਹੋਰ ਘੱਟ ਜਾਂਦੇ ਨੇ ਜਦੋਂ ਤੁਸੀਂ ਇੰਡੀਆ ਤੋਂ ਪਾਕਿਸਤਾਨ 'ਚ ਕਨਵਰਟ ਕਰਦੇ? ਬਿਲਕੁਲ ਬਿਲਕੁਲ, ਮਤਲਬ ਇੱਕ ਤੁਸੀਂ ਚੇਂਜ ਕਰਦੇ ਹੋ ਤਾਂ ਤੁਹਾਡੇ ਦੋ ਹੋ ਜਾਂਦੇ ਨੇ। ਇਹ ਇੱਕ ਹੈ, ਇੱਕ ਜੋ ਚੀਜ਼ ਹੈ ਦੋ ਕਰ ਦਿੰਦੇ ਨੇ, ਬਾਕੀ ਇੱਥੇ ਦੀ ਜੋ ਮਤਲਬ ਸਾਨੂੰ ਸਾਡਾ ਮੁਹੱਬਤ ਹੀ ਸਾਡੇ ਨਾਲ ਇੰਨਾ ਕਰਦੇ ਨੇ ਕਿ ਉਹ ਇੱਕ ਦਾ ਅੱਧਾ ਕਰਕੇ ਦੱਸਦੇ ਸਾਨੂੰ ਪਹਿਲਾਂ ਹੀ। ਅੱਛਾ, ਨਹੀਂ ਆਮ ਲੋਕ ਤਾਂ ਕਹਿੰਦੇ ਨੇ ਕਿ ਜਦੋਂ ਵੇਖਿਆ ਜਾਂਦਾ ਹੈ ਕਿ ਬਾਹਰੋਂ ਬੰਦਾ ਆਇਆ ਤਾਂ ਜ਼ਿਆਦਾ ਰੇਟ ਮੰਗਦੇ ਨੇ, ਕੋਈ ਇਹੋ ਜਿਹੀ ਗੱਲ? ਇੱਥੇ ਤਾਂ ਉਲਟਾ। ਅੱਛਾ ਜੀ, ਜੋ ਅਸੀਂ ਹਾਲੇ ਤੱਕ ਵੇਖਿਆ ਜੋ ਮਹਿਸੂਸ ਕੀਤਾ ਅਤੇ ਉਹ ਸਾਡੇ ਨਾਲ ਕਾਫੀ ਮਤਲਬ ਰਿਆਇਤ ਕਰਦੇ ਨੇ ਇੱਥੇ। ਠੀਕ ਹੈ ਜੀ, ਅਤੇ ਕਿੱਦਾਂ ਦਾ ਹੁਣ ਲੱਗ ਰਿਹਾ ਵੇ ਲਾਹੌਰ ਘੁੰਮ ਫਿਰ ਰਹੇ ਹੋ? ਪਹਿਲੀ ਵਾਰੀ ਆਏ ਹੋ? ਮੈਂ ਦੂਸਰੀ ਦਫਾ ਆਇਆ ਜੀ। ਠੀਕ ਹੈ ਜੀ, ਅਤੇ ਕਿੱਦਾਂ ਦਾ ਲੱਗਦਾ? ਬਸ ਵਾਪਸ ਜਾਣ ਨੂੰ ਦਿਲ ਨਹੀਂ ਕਰ ਰਿਹਾ ਜੀ। ਕਰੀਏ ਕੋਈ ਸਰਕਾਰ ਨਾਲ ਗੱਲ ਕਿ ਤੁਹਾਨੂੰ ਨੈਸ਼ਨੈਲਿਟੀ ਦਵਾਈਏ? ਬਿਲਕੁਲ ਬਿਲਕੁਲ ਬਿਲਕੁਲ, ਚਲੋ ਚਲੋ ਕੋਈ ਨਾ, ਆਉਂਦੇ ਰਹੋ ਹਮੇਸ਼ਾ, ਇਹ ਤੁਹਾਡੇ ਆਪਣਾ ਤੁਹਾਡਾ ਆਪਣਾ ਸ਼ਹਿਰ ਹੈ। ਅਤੇ ਹੋਰ ਬਾਕੀ ਕੀ ਕੋਈ ਗੱਲਬਾਤ, ਕੋਈ ਸੁਨੇਹਾ? ਬਸ ਸੁਨੇਹਾ ਸਾਡਾ ਇੱਕ, ਸਾਨੂੰ ਜੋ ਮਤਲਬ ਛੋਟੀ ਜਿਹੀ ਦਿੱਕਤ ਜੋ ਆਈ ਹੈ ਉਹ ਹੈ ਕਿ ਅਸੀਂ ਇੱਥੇ ਆ ਕੇ ਆਪਣੇ ਘਰ ਤੋਂ ਕਨੈਕਟੀਵਿਟੀ ਸਾਡੀ ਟੁੱਟ ਗਈ ਹੈ, ਸਾਨੂੰ ਸਿਮ ਜਿਹੜੇ ਨੇ, ਕਿਉਂਕਿ ਮੋਬਾਈਲ ਦਾ ਜ਼ਮਾਨਾ ਹੈ ਅੱਗੇ ਹਰ ਕੰਮ ਮੋਬਾਈਲ 'ਤੇ ਹੁੰਦਾ ਵਾ, ਅਤੇ ਉਹ ਸਾਨੂੰ ਥੋੜ੍ਹੀ ਦਿੱਕਤ ਆਈ ਹੈ ਇੱਥੇ। ਸਰਕਾਰਾਂ ਨੇ ਉਹਨਾਂ ਤੱਕ ਪਹੁੰਚ ਜਾਏਗਾ? ਬਿਲਕੁਲ ਜੀ ਬਿਲਕੁਲ, ਪਹੁੰਚ ਗਿਆ ਤੁਹਾਡਾ ਪੈਗਾਮ। ਤੇ ਬਾਕੀ ਹੋਰ ਦੱਸੋ ਕੀ ਖਰੀਦਦਾਰੀ ਕੀਤੀ? ਦੱਸੋ ਸਰਦਾਰ ਜੀ, ਕਿੱਦਾਂ ਦਾ ਲੱਗਾ? ਬਹੁਤ ਵਧੀਆ ਜੀ। ਕੀ ਖਰੀਦਿਆ? ਮਹਾਨ ਨਹੀਂ ਦੇ ਕੋਈ ਲੱਗਦਾ ਕਿ ਚੀਜ਼ਾਂ ਨੇ ਵੈਸੇ, ਕੋਈ ਸੂਟ ਆ, ਕੋਈ ਜੋ ਵੀ ਸੂਟ ਤੁਸੀਂ ਪਾਇਆ ਉਧਰੋਂ ਵੀ ਲੱਭਦਾ? ਬੱਚਿਆਂ ਵਾਲੀ ਆ ਨਾ। ਅੱਛਾ, ਹਾਂ ਅਸੀਂ ਪਾਇਆ, ਇਹ ਵੀ ਲੈ ਨੇ। ਅੱਛਾ, ਇਹ ਇੱਥੋਂ ਲਿਆ? ਬੱਲੇ, ਤੁਸੀਂ ਪੂਰਾ MLA ਵਾਲਾ MLA ਫੀਲ ਚੱਕ ਰਹੇ ਹੋ। ਹਾਂ, ਬਹੁਤ MLA ਦੇ ਭਰਾ। ਹਾਂਜੀ, ਵੀ ਲਿਆ ਤਾਂ ਮਿਲਦਾ ਸਭ ਕੁਛ ਉੱਥੋਂ ਵੀ ਜਾਂਦਾ, ਪਰ ਲਾਹੌਰ ਲਾਹੌਰ ਹੀ ਆ। ਹਾਂ, ਇਸ ਕਰਕੇ ਵੀ ਲਾਹੌਰ ਦੇ ਵਿੱਚ ਜਿਹੜੀ ਅਸੀਂ ਯਾਦਗਾਰੀ ਜਿਹੜੀਆਂ ਚੀਜ਼ਾਂ ਉਹ ਲੈ ਰਹੇ ਹਾਂ ਲਾਹੌਰ 'ਚ।
लाहौर देखो सब तो वड्डी गल हुंदी आ हर चीज़ पैसे नूं मिलदी आ पर मुहब्बत ते प्यार पैसे नूं जिहड़ा नहीं मिलदा हर चीज़ पैसे नूं मिलदी आ लेकिन इज्जत माण सतकार जिहड़ा ना वो किसे तों आपां पैसे दे के नहीं लै सकते वो तां अगले की फीलिंग है अगले के मन च आ उस ढंग नाल दिंदा सानूं बड़ी इत्थे माण सतकार मिल रहा पिछले 17 तरीक तो और ये शहर के नाल साडी कौम दीआं बड़ियां यादां जिहड़ियां ने वो सुनहरी यादां जिहड़ियां वाबस्ता ने जुड़ियां होईयां ने और इत्थों दीआं तलख यादां भी साडे हिरदे दे विच ने क्योंकि इत्थे ही छेवें पातशाह अपना गुरु अर्जन देव महाराज नूं तत्ती तवी ते बिठाया गया और इत्थे ही साडे जिहड़ी कौम दे बंद कट्टे गए इत्थे खोपर लाए गए पर इत्थे ही साडी कौम दे सिर ते जिहड़ा वो सिर ते बादशाही दा ताज भी सजिया वो सारियां यादां जिहड़ियां ने वो अहीं जिहड़ी उहनूं महसूस करदे आ ते साडा इत्थों जाण नूं जिहड़ा दिल नहीं करदा ते बड़ी खुशी हुंदी आ तुहाडे वर्गे वीरां नाल मिल के ते अहीं पूरी पाकिस्तान गौरमेंट दा जिहड़ा ਤੁਹਾਡਾ ਬਹੁਤ ਧੰਨਵਾਦ ਤੁਸੀਂ ਆਉਂਦੇ ਰਹੋ ਬਲਕਿ ਆਪਣੇ ਨਾਲ ਆਪਣੇ ਪਰਿਵਾਰ ਨੂੰ ਵੀ ਲੈ ਕੇ ਆਓ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਰਾਂਗੇ ਮੋਸਟ ਵੈਲਕਮ ਕਰਾਂਗੇ ਵੇਖੋ ਜੀ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਆ ਫੋਨ ਦੀ ਨਾਲ ਦੀ ਨਾਲ ਸਾਨੂੰ ਥੋੜ੍ਹੀ ਜਿਹੀ ਇਹ ਵੀ ਆ ਵੀ ਜਿਸ ਤਰ੍ਹਾਂ ਹੁਣ ਜਦੋਂ ਆਏ ਹਾਂ ਤਾਂ 60-70 ਬੱਸਾਂ ਨੇ ਅਤੇ ਉਹਨਾਂ ਦੀ ਤਿਆਰੀ 'ਚ ਉਹਨਾਂ ਦੀ ਮਤਲਬ ਸਾਰੇ ਸਿਸਟਮ ਦੇ ਵਿੱਚ ਤਿਆਰੀ ਕਰਦਿਆਂ ਉਹਨਾਂ 'ਚ ਸਵਾਰੀਆਂ ਬਹਿੰਦਿਆਂ ਜਿਹੜੀ ਉਹ ਟਾਈਮ ਲੱਗਦਾ ਪੰਜ 4-4 ਘੰਟੇ ਜਿਹੜੇ ਉਹ ਸਾਰੀ ਤਿਆਰੀ 'ਚ ਲੱਗ ਜਾਂਦੇ ਆ ਅਤੇ ਜੇਕਰ ਆਪਣਾ ਆਪਣਾ ਟ੍ਰੇਨ ਹੋਵੇ ਰੇਲ ਦਾ ਸਿਸਟਮ ਹੋਵੇ ਤਾਂ ਉਹਦੇ 'ਚ ਵੀ ਸਾਨੂੰ ਜਿਹੜਾ ਹੈ ਉਹ ਬਿਹਤਰ ਰਹੇਗਾ ਅਸੀਂ ਸੌਖੇ ਰਵਾਂਗੇ ਚਲੋ ਉਹ ਹੋਪਫੁਲੀ ਜਲਦੀ ਇਹ ਮਸਲੇ ਹੱਲ ਹੋ ਜਾਣਗੇ ਅਤੇ ਇਹ ਚਲੋ ਇਹ ਕਰੋਨਾ ਕਰਾਨਾ ਕਰਕੇ ਥੋੜ੍ਹਾ ਜਿਹਾ ਮਸਲਾ ਇੱਕ ਵਾਰੀ ਰੁਕਾਵਟ ਬਣੀ ਸੀ ਅਤੇ ਇਹ ਸਾਰੀਆਂ ਰਲ ਮਿਲ ਕੇ ਸਾਰੇ ਹੋ ਰਹੇ ਹਾਂਗੇ ਅਸੀਂ ਪੂਰੀ ਪਾਕਿਸਤਾਨੀ ਕੌਮ ਅਤੇ ਇਮਰਾਨ ਖਾਨ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਅਤੇ ਸਾਰੀ ਕੌਮ ਦਾ ਪਾਕਿਸਤਾਨੀ ਕੌਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਜਿਹੜੇ ਸਾਨੂੰ ਇੰਨੇ ਆਇਆਂ ਨੂੰ ਵੈਲਕਮ ਕਰਦੇ ਨੇ ਅਤੇ ਬਾਕੀ ਮੈਂ ਤੁਹਾਨੂੰ ਇਹ ਗੱਲ ਕਰਨਾ ਵਾਂ ਕਿ ਕੋਈ ਅਗਰ ਸਾਡੀ ਖਿਦਮਤ ਦੇ ਵਿੱਚ ਕਮੀ ਪੇਸ਼ੀ ਰਹਿ ਗਈ ਹੋਵੇ ਕਿਸੇ ਪੱਧਰ 'ਚੋਂ ਵੀ ਅਤੇ ਅਸੀਂ ਉਹਦੇ ਵਾਸਤੇ ਹੁਣ ਵੀ ਤੁਹਾਡੇ ਕੋਲੋਂ ਅਸੀਂ ਮਦਦ ਕਰ ਰਹੇ ਹਾਂ ਕਿਸਮ ਜਿਹੜੀ ਆ ਖਿਦਮਤ ਦੇ ਵਿੱਚ ਕੋਈ ਕਤਾਈ ਨਹੀਂ ਹੈਗੀ ਸਗੋਂ ਇਹ ਜਿਵੇਂ ਕਹਿ ਦਿੰਦੇ ਨਾ ਓਵਰ ਜ਼ਿਆਦਾ ਹੋ ਗਈ ਆ ਅੱਛਾ ਜ਼ਿਆਦਾ ਹੋ ਗਈ ਹੈ ਅਤੇ ਅਸੀਂ ਇੰਨੀ ਕਿ ਠੀਕ ਆ ਕਿਤੇ ਜ਼ਿਆਦਾ ਹੁੰਦੇ ਹੁੰਦੇ ਮੁੜ ਕੇ ਜ਼ਿਆਦਾ ਅਸੀਂ ਫੁੱਲ ਬਣਾ ਜਾਈਏ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਜੀ ਤੁਸੀਂ ਸਾਡੇ ਆਪਣੇ ਹੋ ਇਹ ਤੁਹਾਡਾ ਆਪਣਾ ਸ਼ਹਿਰ ਹੈ ਬਿਲਕੁਲ ਲੀਕਾਂ ਵੱਜ ਗਈਆਂ ਪਰ ਦਿਲਾਂ 'ਚ ਲੀਕ ਨਹੀਂ ਵੱਜਣੀ ਚਾਹੀਦੀ ਵੇਖੋ ਇਹ ਸਾਨੂੰ ਵੇਖੋ ਇਹ ਪੰਜਾਬ ਆ ਅਤੇ ਪੰਜਾਬ ਦੇਸ਼ ਜਿਹੜਾ ਸਾਰੇ ਪੰਜਾਬੀਆਂ ਦਾ ਵੇਖੋ ਇਹ ਉਹ ਜ਼ਮਾਨੇ ਦੇ ਜਿਹੜੇ ਰਾਜਨੇਤਾ ਹਨ ਜਿਹੜੇ ਉਦੋਂ ਦੇ ਆਗੂ ਸਨ ਇਹ ਥੋੜ੍ਹੀ ਕਿਤੇ ਨਾ ਕਿਤੇ ਉਹਨਾਂ 'ਚੋਂ ਉਹ ਸਮਝਣ 'ਚ ਨਾਕਾਮ ਰਹੇ ਵੀ ਸਾਨੂੰ ਇੱਥੇ ਆ ਕੇ ਕੀ ਫੈਸਲਾ ਲੈਣਾ ਚਾਹੀਦਾ ਪੰਜਾਬੀ ਕੌਮ ਨੂੰ ਕਦੇ ਵੀ ਵੰਡਣਾ ਨਹੀਂ ਸੀ ਚਾਹੀਦਾ ਕਿਉਂਕਿ ਜੇਕਰ ਪੰਜਾਬੀ ਕੌਮ ਜਿਹੜੀ ਇਕੱਠੀ ਹੁੰਦੀ ਤਾਂ ਵੇਖੋ ਜਮੁਨਾ ਤੋਂ ਲੈ ਕੇ ਦਰਿਆਏ ਸਿੰਧ ਤੱਕ ਅਟਕ ਤੱਕ ਜਿਹੜਾ ਪੰਜਾਬ ਸੀ ਔਰ ਇੱਧਰੋਂ ਕਸ਼ਮੀਰ ਤੋਂ ਲੈ ਕੇ ਰਹੀ ਦਰਿਆਏ ਆਪਣਾ ਸਿੰਧ ਤੱਕ ਜਿਹੜਾ ਇਹ ਸਾਰਾ ਪੰਜਾਬ ਸੀ ਜੇ ਕਿਤੇ ਇਹ ਇਕੱਠਾ ਹੁੰਦਾ ਅਤੇ ਇਹਦੀ ਵਰਲਡ ਦੇ ਵਿੱਚ ਇੱਕ ਵੱਖਰੀ ਤਾਕਤ ਹੁੰਦੀ ਅਤੇ ਇਹ ਗੱਲ ਨਹੀਂ ਦਿਲਾਂ 'ਚ ਤਾਕਤ ਰਹਿਣੀ ਚਾਹੀਦੀ ਹੈ ਲੈਣਾ ਵੱਜ ਗਈਆਂ ਕੋਈ ਗੱਲ ਨਹੀਂ ਹੁਣ ਵੀ ਵੇਖੋ ਪੰਜਾਬੀ ਜਿਹੜੇ ਨਾ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ 16 MP ਆ ਤੁਸੀਂ ਜਾ ਕੇ ਉੱਥੇ ਗਿਣਤੀ ਮਾਰੋ ਪਤਾ ਕਰੋ ਵੀ 16 MP ਹੈਗੇ ਨੇ ਪੰਜਾਬੀਆਂ ਦੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਉਪ ਰਾਸ਼ਟਰਪਤੀ ਜਿਹੜੀ ਉਹ ਵੀ ਪੰਜਾਬੀ ਆ ਇੰਗਲੈਂਡ ਦੀ ਪਾਰਲੀਮੈਂਟ 'ਚ ਵੀ ਜਾਓਗੇ ਤਾਂ ਉੱਥੇ ਵੀ ਤੁਹਾਨੂੰ ਪੰਜਾਬੀ MP ਜਿਹੜੇ MLA ਉਹਨਾਂ ਦੀ ਪਾਰਲੀਮੈਂਟ 'ਚ ਵਿਧਾਨ ਸਭਾ 'ਚ ਵੀ ਜਿਹੜੇ ਮਿਲਣਗੇ ਵੱਖ ਵੱਖ ਦੇਸ਼ਾਂ 'ਚ ਉਹ ਚੌਦਿਆਂ ਦੇ ਪੰਜਾਬੀ ਨੇ ਜੇ ਕਿਤੇ ਵੇਖੋ ਇਹ ਆਸਤਾ ਆਸਤਾ ਜਿਹੜਾ 1947 'ਚ ਇੱਕ ਵੰਡ ਦਾ ਜਿਹੜਾ ਇੱਕ ਇਹੋ ਜਿਹਾ ਐਕਸੀਡੈਂਟ ਸੀ ਇਹੋ ਜਿਹਾ ਧਮਾਕਾ ਹੋਇਆ ਇਹੋ ਜਿਹਾ ਜਿਹੜਾ ਉਹ ਸਦਮਾ ਸੀ ਉਹ ਤੋਂ ਉਭਰਦਿਆਂ ਪੰਜਾਬੀਆਂ ਨੂੰ ਘੱਟੋ ਘੱਟ 30-40 ਸਾਲ ਦਾ ਸਮਾਂ ਲੱਗਾ ਔਰ ਇਹ 30-40 ਸਾਲ ਦੇ ਸਮੇਂ ਤੋਂ ਬਾਅਦ ਜਿਹੜੇ ਪੰਜਾਬੀਆਂ ਨੇ ਆਪਣਾ ਜਿਹੜਾ ਉਹ ਚੀਜ਼ ਨੂੰ ਰਿਵਾਈਵ ਕੀਤਾ ਵਾਪਸ ਕੀਤਾ ਅਤੇ ਜੀ ਭਾਅ ਜੀ ਪੰਜ ਨਦੀਆਂ ਦੀ ਧਰਤੀ ਉੱਤੇ ਵੱਸਦੇ ਨੇ ਦਿਲਦਾਰ ਪੰਜਾਬੀ ਜਿਸ ਤੇਗ ਨੇ ਜ਼ੁਲਮ ਰੋਕਿਆ ਤੱਕ ਲਾਓ ਤਲਵਾਰ ਪੰਜਾਬੀ ਸਿਕੰਦਰ ਦਾ ਜਿਸ ਮੂੰਹ ਭੰਨਿਆ ਨਿੱਗਰੋ ਹਥਿਆਰ ਪੰਜਾਬੀ ਜੋ ਅਕਬਰ ਨੂੰ ਦੁੱਲੇ ਦਿੱਤੀ ਵਿੱਚ ਰਣਾ ਲਲਕਾਰ ਪੰਜਾਬੀ ਜਿਸ ਨੇ ਦਰੇ ਖੈਬਰ ਰੋਕੇ ਹਰੀ ਸਿੰਘ ਸਰਦਾਰ ਪੰਜਾਬੀ ਸੋਭਾ ਜਿਸ ਦੀ ਜੱਗ ਵਿੱਚ ਹੋਵੇ ਰਣਜੀਤ ਦੀ ਸੀ ਸਰਕਾਰ ਪੰਜਾਬੀ ਅਣਖ ਦੀ ਪਾਤਰ ਅਣਖ ਦੀ ਖਾਤਰ ਮਾਵਾਂ ਪਾਏ ਪੁੱਤਰਾਂ ਦੇ ਗਲਹਾਰ ਪੰਜਾਬੀ ਲੰਡਨ ਜਾ ਕੇ ਡਾਇਰ ਨੂੰ ਪੁੱਛ ਲੈ ਛੱਡਦਾ ਕਿੱਥੇ ਖਾਰ ਪੰਜਾਬੀ ਭਗਤ ਤੇ ਉਦੋਂ ਵੇਖ ਸਰਾਬੇ
मौत दे गूढ़े यार पंजाबी जिउणा जग्गा अते मलंगी उच्चे सन किरदार पंजाबी अज थोड़ा लखवारी तुरिया है इस खंडे दी धार पंजाबी सो इस करके जिहड़ा है पंजाबियां दी बल्ले बल्ले सी बल्ले बल्ले है ते वाहिगुरू दी कृपा है बल्ले बल्ले रहेगी। चलो जी मेहनत दी कौम है अणखी कौम है ते दूजी गल जिहड़ी कौम कुदरत दे निर्भर होवे कुदरत नूं मन्नण वाली वे उहनूं कदी जिहड़ा है उहदा ना मराल डाउन हुंदा ना उच वणख घटदी ना उच जुरत घटदी आ उह सारी जिहड़े 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 वे उह असीं वेख लईए इक साल तुसीं बड़ी पीक कट्टी है और असीं वेख्या ਵੇਖਿਆ ਨਾ ਉਹ ਉੱਥੇ ਵੇਖੋ ਜਾਚ ਮਰਨ ਦੀ ਜਿਸ ਨੂੰ ਹੋਵੇ ਹੱਕ ਕੌਮ ਉਹ ਲੈ ਲੈਂਦੀ ਹੈ ਜਿਸ ਦਿਨ ਨਿਸ਼ਚਾ ਕਰਕੇ ਤੁਰ ਪਏ ਖੁੱਸੇ ਤਖਤ ਫਿਰ ਖੋ ਲੈਂਦੀ ਆ ਉਹ ਕਿਹੜਾ ਅਬਾਨੀ ਅਤੇ ਕਿਹੜਾ ਅਡਾਨੀ ਪੈਰ ਜ਼ਮੀਨ ਸਾਡੀ ਧਰ ਨਹੀਂ ਸਕਦਾ ਅਣਖ ਦੀ ਖਾਤਰ ਮਰ ਜਾਵੇਗਾ ਇਸ ਧਰਤ ਦੀ ਖਾਤਰ ਮਰ ਜਾਵੇਗਾ ਖੜ੍ਹੇ ਹੱਥ ਪੰਜਾਬੀ ਕਰ ਨਹੀਂ ਸਕਦਾ ਬੱਲੇ ਬੱਲੇ ਵੇਖੋ ਜੀ ਅਗਲਿਆਂ ਨੇ ਇਹ ਗੱਲ ਸਾਬਤ ਕੀਤੀ ਹੈ ਖਾਲੀ ਇਹ ਸ਼ੇਰਾਂ ਦੀ ਹੱਦ ਤੱਕ ਜਾਂ ਗੱਲਾਂ ਦੀ ਹੱਦ ਤੱਕ ਨਹੀਂ ਹੈ ਪੂਰਾ ਇੱਕ ਸਾਲ ਜਾਂ ਸਾਲ ਤੋਂ ਵੀ ਜ਼ਿਆਦਾ ਟਾਈਮ ਜਿਹੜਾ ਨਾ ਉਹ ਦਿੱਤਾ ਹੈ ਨਾ ਗਰਮੀ ਵੇਖੀ ਨਾ ਸਰਦੀ ਵੇਖੀ ਨਾ ਬਾਰਿਸ਼ ਵੇਖੀ ਅਤੇ ਉਸ ਦੇ ਬਾਵਜੂਦ ਅੱਜ ਤੁਹਾਡੀ ਫਤਿਹ ਵੀ ਹੋ ਗਈ ਹੈ ਮਤਲਬ ਜਿੱਤ ਵੀ ਹੋਈ ਹੈ ਅਤੇ ਬਾਕੀ ਤੁਸੀਂ ਹੁਣ ਲਾਹੌਰ ਦੀ ਗੱਲ ਕਰਨੇ ਅੱਛਾ ਸਰਦਾਰ ਜੀ ਤੁਸੀਂ ਲਾਹੌਰ ਘੁੰਮਦੇ ਪਏ ਹੋ ਖਾਣੇ ਛਾਣੇ ਲੋਕ ਕਿੱਦਾਂ ਮਿਲਦੇ ਨੇ ਤੁਹਾਨੂੰ ਲੋਕ ਤਾਂ ਜੀ ਵੇਖੋ ਬੜੀ ਜਿਹੜਾ ਪ੍ਰੇਮ ਨਾਲ ਮਿਲਦੇ ਆ ਬੜੇ ਸਤਿਕਾਰ ਨਾਲ ਮਿਲਦੇ ਆ ਔਰ ਸਾਨੂੰ ਮਗਰੋਂ ਆਵਾਜ਼ਾਂ ਮਾਰ ਮਾਰ ਸਾਡੇ ਨਾਲ ਸੈਲਫੀਆਂ ਲੈਂਦੇ ਆ ਅੱਛਾ ਤੁਸੀਂ ਇਸ ਟਾਈਮ ਪੂਰੀ ਫੀਲਿੰਗ ਚੱਕਦੇ ਪਏ ਐਵੇਂ ਵਿਰਕ ਵਾਲੇ ਅਸੀਂ ਪੂਰੀ ਫੀਲਿੰਗ ਚੱਕ ਰਹੇ ਹਾਂ ਵੀ ਜਿਵੇਂ ਕੋਈ ਅਫਸਰ ਜਾਂਦਾ ਜਿਵੇਂ ਕੋਈ ਵੱਡੀ ਸ਼ਖਸੀਅਤ ਜਾਂਦੀ ਆ ਜਿਵੇਂ ਉਹਦੇ ਨਾਲ ਲੋਕ ਸੈਲਫੀਆਂ ਲੈਣ ਵਾਸਤੇ ਲੋਕ ਮਿਲਣ ਵਾਸਤੇ ਜੱਫੀਆਂ ਪਾ ਕੇ ਹੁਣ ਇੱਥੇ ਸਾਨੂੰ ਇੱਕ ਭਰਾ ਜੀ ਮਿਲੇ ਉਹਨਾਂ ਨਾਲ ਅਸੀਂ ਹੱਥ ਮਿਲਾਇਆ ਸਾਡੇ ਕੋਲ ਆਏ ਹੱਥ ਮਿਲਾਇਆ ਕਹਿੰਦਾ ਨਹੀਂ ਹੱਥ ਨਹੀਂ ਯਾਰ ਜੱਫੀ ਪਾਉਣੀ ਆ ਅਤੇ ਇਹ ਇਸ ਤਰ੍ਹਾਂ ਦੀ ਫੀਲਿੰਗ ਸਾਨੂੰ ਆ ਸਾਨੂੰ ਅਸੀਂ ਵੇਖੋ ਇੱਥੋਂ ਰਸ਼ਕਾ ਲੈ ਕੇ ਵੀ ਜਾ ਸਕਦੇ ਹਾਂ ਅਤੇ ਸਿੱਧੇ ਚੱਲ ਜਾਣਾ ਅਸੀਂ ਪਰ ਰਸ਼ਕਾ ਲੈ ਕੇ ਨਹੀਂ ਜਾ ਰਹੇ ਇਸ ਕਰਕੇ ਕਿਉਂਕਿ ਅੱਗੇ ਸਾਡੇ ਭਰਾ ਮਿਲਦੇ ਨੇ ਜਦੋਂ ਭਰਾ ਮਿਲਦੇ ਤਾਂ ਫਿਰ ਸਾਨੂੰ ਮਿਲਦੇ ਆ ਹੱਥ ਮਿਲਾਉਂਦੇ ਆ ਪ੍ਰੇਮ ਕਰਦੇ ਆ ਸੈਲਫੀਆਂ ਲੈਂਦੇ ਅਤੇ ਜੱਫੀਆਂ ਪਾਉਂਦੇ ਆ ਇਸ ਕਰਕੇ ਅਸੀਂ ਪੈਦਲ ਜਾ ਰਹੇ ਹਾਂ। ਸਹੀ ਠੀਕ ਹੋ ਗਿਆ ਖਾਣ ਪੀਣ ਕਿੱਦਾਂ ਦਾ ਲੱਗਾ ਬਾਕੀ ਖਾਣ ਪੀਣ ਵਧੀਆ ਜੀ ਇਹ ਜਿੰਦਾ ਦਿਲ ਲਾਹੌਰੀ ਆ ਜੀ ਵਾਹਿਗੁਰੂ ਦੀ ਕਿਰਪਾ ਲਾਹੌਰ ਲਾਹੌਰੀ ਆ ਅਤੇ ਸਿਆਣੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਪਹਿਲਾਂ ਸਾਡਾ ਜ਼ਿਲ੍ਹਾ ਵੀ ਲਾਹੌਰ ਹੀ ਸੀ ਬਾਅਦ ਦੇ ਵਿੱਚ ਪਾਰਟੀਸ਼ਨ ਤੋਂ ਮਗਰੋਂ ਅੰਮ੍ਰਿਤਸਰ ਬਣ ਗਿਆ ਅਤੇ ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਜਿਹੜਾ ਲਾਹੌਰ ਨਹੀਂ ਜਿਹਨੇ ਲਾਹੌਰ ਨਹੀਂ ਨਾ ਵੇਖਿਆ ਉਹ ਜੰਮਿਆ ਨਹੀਂ ਗਾ ਅਤੇ ਇਸ ਕਰਕੇ ਨਾ ਅਸੀਂ ਦੋ ਤਿੰਨ ਬੰਦੇ ਜਿਹੜੇ ਹੁਣ ਜੰਮੇ ਆ ਇਹ ਪਹਿਲੇ ਬੰਦੇ ਨੇ ਇਹ ਪਹਿਲੇ ਬਾਲ ਨੇ ਜਿਹੜੇ ਛਿਲੇ 'ਚ ਲੱਗੇ ਫਿਰਦੇ ਨੇ ਛਿਲੇ 'ਚ ਲੱਗੇ ਫਿਰਦੇ ਵੇਖੋ ਇਹ ਆਪਣੇ ਤਰ੍ਹਾਂ ਦੀ ਇੱਕ ਅਨੋਖੀ ਗੱਲ ਹੈ ਠੀਕ ਹੋ ਗਿਆ ਬਜ਼ੁਰਗਾਂ ਦੀ ਗੱਲ ਵੀ ਮਤਲਬ ਇਸ ਤਰ੍ਹਾਂ ਦੀ ਫੀਲਿੰਗ ਸੀ ਪੰਜਾਬ ਦੇ ਵਿੱਚ ਉਹ ਜ਼ਮਾਨੇ ਦਾ ਤਰੱਕੀ ਯਾਫਤਾ ਸ਼ਹਿਰ ਸੀ ਇਹ ਤਾਂ ਕਰਕੇ ਕਿਹਾ ਜਾਂਦਾ ਸੀ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜ਼ਮਾਨੇ 'ਚ ਜਦੋਂ ਦੁਨੀਆ ਦੇ ਵਿੱਚ ਅਜੇ ਇੰਨੀ ਤਰੱਕੀ ਨਹੀਂ ਸੀ ਅਤੇ ਇੰਨਾ ਵਪਾਰਕ ਕੇਂਦਰ ਨਹੀਂ ਸੀ ਬਣਿਆ ਉਹ ਇੱਕ ਮਤਲਬ ਜਿਹੜਾ ਸੈਂਟਰ ਨਹੀਂ ਸੀ ਬਣਿਆ ਇੱਕ ਜਿਹਨੂੰ ਆਪਾਂ ਆਖ ਦਿੰਦੇ ਹਾਂ ਰਾਜਧਾਨੀ ਅਤੇ ਮਤਲਬ ਉਸ ਜ਼ਮਾਨੇ 'ਚ ਇੱਕ ਵੱਡਾ ਇਹ ਸ਼ਹਿਰ ਸੀ ਇੱਥੋਂ ਹੀ ਵਪਾਰਕ ਜਿਹੜੇ ਸੀ ਸਾਰਾ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਹੁਣ ਵੀ ਚੱਲਦਾ ਪਿਆ ਇਸੇ ਕਰਕੇ ਉਦੋਂ ਤਾਂ ਕਰਕੇ ਆਪਣੇ ਜਿਹੜੇ ਬਜ਼ੁਰਗਾਂ ਸੀ ਉਹਨਾਂ ਇਹ ਗੱਲ ਬਣਾਈ ਸੀ ਵੀ ਜਿਹਨੇ ਜਿਹੜਾ ਲਾਹੌਰ ਦਾ ਇਹ ਤਾਂ ਕਰਕੇ ਬਹੁਤ ਸ਼ੁਕਰੀਆ ਜੀ ਇਹ ਸਾਡੇ ਵੀਰ ਸਰਦਾਰ ਭਰਾ ਇੰਡੀਆ ਤੋਂ ਆਏ ਨੇ ਔਰ ਅਸੀਂ ਇਹਨਾਂ ਨੂੰ ਵੈਲਕਮ ਕਰ ਰਹੇ ਹਾਂ ਕੱਲ੍ਹ ਇਹ ਵਾਪਸ ਜਾ ਰਹੇ ਨੇ ਔਰ ਅਸੀਂ ਇਹਨਾਂ ਵਾਸਤੇ ਨੇਕ ਖੁਆਇਸ਼ਾਂ ਦਾ ਇਜ਼ਹਾਰ ਕਰਨੇ ਔਰ ਆਉਣ ਵਾਲੇ ਵਕਤ 'ਚ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਖੁਦ ਵੀ ਆਓਗੇ ਅਤੇ ਨਾਲ ਆਪਣੇ ਭਰਾਵਾਂ ਨੂੰ ਦੋਸਤਾਂ ਨੂੰ ਵੀ ਲੈ ਕੇ ਬਿਲਕੁਲ ਜੀ ਅਸੀਂ ਪੂਰੀ ਜਾ ਕੇ ਵੇਖੋ ਅਸੀਂ ਇੱਕ ਮਤਲਬ ਇਸ ਤਰ੍ਹਾਂ ਕੰਮ ਕਰਾਂਗੇ ਇਸ ਤਰ੍ਹਾਂ ਪ੍ਰਚਾਰ ਕਰਾਂਗੇ ਵੀ ਜਿਹੜੀ ਕਈ ਕਿਸਮ ਦੇ ਨਾ ਇੱਥੇ ਹੈ ਨੇ ਮਤਲਬ ਜਿਹੜਾ ਅੱਜ ਕੱਲ੍ਹ ਦਾ ਮੀਡੀਆ ਹੈ ਉਹ ਕੁਝ ਤਸਵੀਰ ਜਿਹੜੀ ਆ ਪਾਕਿਸਤਾਨ ਦੀ ਹੋਰ ਢੰਗ ਦੀ ਪੇਸ਼ ਕਰਦਾ ਠੀਕ ਆ ਖਾਸ ਤੌਰ 'ਤੇ ਜਿਹੜੇ ਅੱਜ ਕੱਲ੍ਹ ਦਾ ਹੈ ਮੀਡੀਆ ਹੈ ਅਤੇ ਉਹ ਤਸਵੀਰ ਜਿਹੜੀ ਆ ਇੱਥੇ ਸਾਨੂੰ ਨਜ਼ਰ ਨਹੀਂ ਆਈ ਅਸੀਂ ਮਹਿਸੂਸ ਹੋਰ ਕੀਤਾ ਪਰ ਲੇਕਿਨ ਸਕਰੀਨ 'ਤੇ ਕੁਝ ਹੋਰ ਦਿਸਦਾ ਸੋ ਇਸ ਕਰਕੇ ਜਿਹੜੀ ਹੈ ਇਹ ਧਾਰਨਾ ਹੈ ਜਿਹੜੀ ਇਹ ਮਤਲਬ ਨੈਰੇਟਿਵ ਸੈੱਟ ਕੀਤਾ ਆ ਅਸੀਂ ਇਹਨੂੰ ਥੋੜ੍ਹਾ ਜਿਹਾ ਇਹਦੇ ਜਿਹੜੀ ਅਸਲੀਅਤ ਆ ਉਹ ਆਪਦੇ ਲੋਕਾਂ ਤੱਕ ਰੱਖਾਂਗੇ ਔਰ ਅਸੀਂ ਵੱਧ ਤੋਂ ਵੱਧ ਜਿਹੜਾ ਪ੍ਰੇਰਨਾ ਜਿਹੜੀ ਆ ਉਹ ਕਰਾਂਗੇ ਵੀ ਪਾਕਿਸਤਾਨ ਵੇਖੋ ਇਹ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਵੀ ਇਹ ਇੱਕ ਜਿਹੜਾ ਲਾਹੌਰ ਸ਼ਹਿਰ ਹੈ ਜਾਂ ਪਾਕਿਸਤਾਨ ਵੇਖੋ ਪੂਰੇ ਪਾਕਿਸਤਾਨ ਦੇ ਵਿੱਚ ਸਾਡੀਆਂ ਯਾਦਗਾਰ ਥਾਵਾਂ ਨੇ ਸ੍ਰੀ ਨਨਕਾਣਾ ਸਾਹਿਬ ਹੈ ਇੱਥੇ ਸਾਡੇ ਸਿੱਖ ਧਰਮ ਦੇ ਸਭ ਤੋਂ ਮੋਢੀ ਜਿਹੜੇ ਸਨ ਗੁਰੂ ਨਾਨਕ ਦੇਵ ਉਹਨਾਂ ਦੀ ਜਨਮ ਸਥਾਨ ਹੈ ਉਹਨਾਂ ਦੀ ਕਰਤਾਰਪੁਰ ਸਾਹਿਬ ਹੈ ਔਰ ਬੇਸ਼ੱਕ ਲਾਂਘਾ ਖੋਲ੍ਹੀ ਗਿਆ ਪਰ ਜਿਹੜੀ ਇੱਧਰੋਂ ਜਾ ਕੇ ਦਰਸ਼ਨ ਤਾਰੇ ਹੁੰਦੇ ਉਹਦਾ ਵੱਖਰਾ ਇੱਕ ਹੈ ਹਰ ਚੀਜ਼ ਹੈ ਵੇਖੋ ਹਸਨ ਮਦਾਲ ਹੈ ਗੱਲ ਕੀ ਮੁੱਕਦੀ ਗੱਲ ਵੀ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੇ ਆ ਇੱਕ ਸਾਡੇ ਤਾਰੀਖੀ ਜਿਹੜੇ ਆ ਮੇਨ ਜਿਹੜੇ ਆ ਉਹ ਹੈਗੇ ਨੇ ਮਕਾਮਾਤ ਸਾਡੀਆਂ ਯਾਦਗਾਰਾਂ ਨੇ
ते इत्थे आउणा सिख वास्ते एक बड़ा लाजमी आ जरूरी आ। असीं आपदी कौम नूं जिहड़ी आ सारी नूं अपील करदे हां, बेनती करदे हां कि आपदे जरूरी रजेवियां, क्योंकि उह जिंदगी दे विच सिर्फ 10 दिन ही आ, उह नाल दी नाल सैर सपाटा वी हुंदा ते नाल दी नाल आपदे धार्मिक जिहड़े फर्ज ने बंदा उहनां नूं वी पूरा कर लैंदा। इत्थों साडी कौम जिहड़ी वध तों वध दर्शनदारियां वास्ते आउणी। तुहाडे जिहड़े पैगाम है उहदे विच मैं गल इक होर ऐड करदा जावां कि वेखो जिस तरह तुसीं किहा है जी कि तुहाडे धार्मिक अस्थान ने इत्थे और तुहाडी अपनी आने वाली नसल नूं तुसीं पैगाम दे रहे हो। एक जिहड़ा दरख्त हुंदा है ना उह खड़ा हुंदा है अपनियां जड़ां दे उत्ते, तो जदों वो जड़ां तो उन्होंने जड़ां दी पुट दित्तियां जाण जांदियां ने ना तो वह दरख्त डिग पैंदा है। ये इधर पाकिस्तान दे विच तुहाडे तकरीबन 80% जिहड़े गुरुद्वारे ने और जिहड़े मेन अस्थान ने वह इधर ने, तो जिहड़ी तुहाडी जनरेशन है वह अगर इधर अपनियां जड़ां नाल जुड़ी रहेगी तो वह दरख्त खड़ा रहेगा। बिल्कुल जी, वेखो इत्थे हुण हरी सिंह नलूआ साडा मेन जिहड़ा जरनैल सी किसे जमाने, जिन्ने पूरी अपनी खैबर तक जिन्ने सिख राज नूं फैलाउण दे विच वड्डा, उहदी धरती वी जिहड़ी आ जन्म पैदाइश आ गुजरांवाला च आ। साडे सिख पातशाह महाराणा रणजीत सिंह उहनां दी पैदाइश जिहड़ी आ उह गुजरांवाला दे विच आ। इसे तरह होर बहुत सारे ने इहो जिहे जिहड़े साडे लिखारी ने जिहड़े उस जमाने दे स्कॉलर सी जिहड़े पिछले जमाने दे विच जदों पार्टीशन तों पहलां इत्थे एक सानू आ के एक सरदारी की फीलिंग वाकई हुंदी है, कोई शक नहीं बादशाही की भी फीलिंग हुंदी आ। हाँ, जदों अं एक किले नूं वेहने आ ते महसूस करदे आ भी किसे केसरी निशान साहब इस किले ते जिहड़ा केसरी निशान 50 साल झुलदा रहा। सो ये सारिया जिहड़ियां यादां ने साडे दिमाग दे विच दिल दे विच एक वारी फिर जिहड़ा जज्बा लैंदियां वलवला लैंदियां ते सानू होर जिहड़ा ताकतवर हो के जिहड़ा आपदे निशाने तक अपण दा जिहड़ा। बहुत 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 शुक्रिया तुहाडा सर, तुसीं टाइम दिता। और कैमरामैन आकाश के नाल मैं विकास हैदर और साढ़े नाल दोस्त जिहड़े इंडिया तो आए ने उन्होंने गलबात सांझी की, बहुत शुक्रिया तुहाडा।